ਪ੍ਰਾਈਮੇਸ਼ਰ ਟੀਵੀ ਵੇਖਣ ਸੁਣਨ ਵਾਲਿਆਂ ਦਾ ਮੈਂ ਸੁਪਨ ਸੰਧੂ ਬਹੁਤ ਬਹੁਤ ਸਵਾਗਤ ਕਰਦਾ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬ੍ਰੈਂਪਟਨ ਕਨਵੈਨਸ਼ਨ ਸੈਂਟਰ ਤੋਂ ਸਰਦਾਰ ਇੰਦਰਜੀਤ ਸਿੰਘ ਬਲ ਹੁਣੀ ਹਾਜ਼ਰ ਨੇ, ਜਿੱਥੇ ਕਿ ਉਹ ਬ੍ਰੈਂਪਟਨ ਕਨਵੈਨਸ਼ਨ ਸੈਂਟਰ ਦੇ ਪ੍ਰੈਜ਼ੀਡੈਂਟ ਨੇ, ਪਰ ਨਾਲ ਦੀ ਨਾਲ ਇੱਕ ਬਹੁਤ ਹੀ ਗੂੜੇ ਚਿੰਤਕ ਨੇ, ਵਿਦਵਾਨ ਨੇ, ਗਿਆਨੀ ਨੇ। ਅੱਜ ਅਸੀਂ ਉਹਨਾਂ ਦੇ ਨਾਲ ਬ੍ਰੈਂਪਟਨ ਕਨਵੈਨਸ਼ਨ ਸੈਂਟਰ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਕਰਨੀਆਂ। ਜਦੋਂ ਵੀ ਇਹ ਪ੍ਰੋਗਰਾਮ ਅਸੀਂ ਸ਼ੁਰੂ ਕਰੀਦਾ ਹੈ, ਔਰ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਇਹ ਮਰਨਾ ਉਹ ਸੱਚ ਹੈ ਅਤੇ ਜਿਉਣਾ ਝੂਠ ਹੈ, ਔਰ ਜੋ ਉਪਜਿਆ ਉਹ ਬਿਣਸ ਹੈ, ਯਾਨੀ ਕਿ ਜਿਹੜਾ ਬੰਦਾ ਜਾਂ ਇਸ ਕਾਇਨਾਤ ਦੇ ਵਿੱਚ ਕੋਈ ਵੀ ਚੀਜ਼ ਹੋਣ ਦੇ ਵਿੱਚ ਆਉਂਦੀ ਹੈ, ਅਖੀਰ ਕੁਦਰਤ ਦਾ ਨਿਯਮ ਹੈ ਕਿ ਉਹਨੇ ਇੱਕ ਖਤਮ ਹੋਣਾ ਹੈ, ਸਮਾਪਤ ਹੋਣਾ ਹੈ। ਔਰ ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਸਰੀਰ ਹੈ ਜਦੋਂ ਜੰਮਦਾ ਹੈ, ਔਰ ਫਿਰ ਹੌਲੀ ਹੌਲੀ ਸਾਰੀਆਂ ਬਚਪਨ, ਜਵਾਨੀ ਔਰ ਬੁਢਾਪੇ ਦੀਆਂ ਵਸ ਭੋਗ ਕੇ ਜਦੋਂ ਫਿਰ ਇਹ ਫਨਾਹ ਹੁੰਦਾ ਹੈ, ਤਾਂ ਫਿਰ ਕੁਛ ਸਾਡੇ ਸਮਾਜ ਵੱਲੋਂ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ, ਅਤੇ ਪਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਬੜੀਆਂ ਦੁਖਦਾਈ ਹੁੰਦੀਆਂ। ਵੈਸੇ ਕਿਸੇ ਵੀ ਪਿਆਰੇ ਦਾ ਛੱਡ ਕੇ ਜਾਣਾ ਪਰਿਵਾਰ ਵਾਸਤੇ ਜਿਹੜਾ ਜੇ ਬੜਾ ਸਹਿਬ ਛੋੜਾ ਹੁੰਦਾ ਹੈ, ਲੇਕਿਨ ਉਮਰ ਤੋਂ ਪਹਿਲਾਂ ਚਲੇ ਜਾਣਾ ਉਹ ਜ਼ਿਆਦਾ ਸਦਮੇ ਅਤੇ ਡੂੰਘੀ ਗੱਲ ਹੁੰਦੀ ਹੈ। ਅਤੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਈ ਵਾਰੀ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਅਤੇ ਫਿਰ ਉਹਨਾਂ ਦੇ ਅੰਤਿਮ ਯਾਤਰਾ ਵਾਸਤੇ ਜਿਹਨੂੰ ਆਪਾਂ ਪੰਜਾਬੀ ਸੰਸਕਾਰ ਕਹਿੰਦੇ ਹਾਂ, ਕਈ ਵਾਰੀ ਬੰਦਾ ਬੁਖਲਾ ਜਾਂਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਵੀ ਇਹ ਸਾਰਾ ਕੁਝ ਕਿਵੇਂ ਕਰਨਾ ਹੈ। ਸੋ ਉਹਨਾਂ ਵਾਸਤੇ ਸਾਡੇ ਕੋਲ ਜਿਹੜੀ ਸਹੂਲਤ ਵੀ ਦਿੰਦੇ ਨੇ ਔਰ ਸਾਰੀ ਜਾਣਕਾਰੀ ਵੀ ਦਿੰਦੇ ਨੇ ਸਰਦਾਰ ਇੰਦਰਜੀਤ ਸਿੰਘ ਬਲ ਹੁਣੀ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਆਓ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਲ ਸਾਹਿਬ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਸ਼ੁਰੂ ਵਿੱਚ ਜ਼ਿਆਦਾ ਤਾਂ ਬੋਲਗਾ ਕਿਉਂਕਿ ਇਹ ਦਰਅਸਲ ਇਹ ਹੋਣੀ ਹੈ, ਇਨਸਾਨ ਨੇ ਜਾਣਾ ਤਾਂ ਹੈ ਹੀ ਹੈ। ਪਰ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ, ਮੈਂ ਤੁਹਾਡੇ ਮਾਨਸਿਕ ਸੁਭਾਅ ਨੂੰ ਲੈ ਕੇ ਗੱਲ ਕੀਤੀ ਸੀ, ਕਿਉਂਕਿ ਹਰ ਵੀਕਐਂਡ ਦੇ ਉੱਪਰ ਤੁਹਾਡਾ ਵਾਹ ਵਾਸਤਾ ਹੀ ਜਿਹੜਾ ਹੈ ਜੀ ਇਸ ਤਰ੍ਹਾਂ ਪੈਂਦਾ ਹੈ ਕਿ ਲੋਕ ਜਦੋਂ ਜਾ ਰਹੇ ਹੁੰਦੇ ਨੇ ਆਪਣੀ ਆਖਰੀ ਯਾਤਰਾ ਦੇ ਉੱਪਰ, ਔਰ ਤੁਸੀਂ ਆਏ ਹੋਏ ਜਿਹੜੇ ਉਹਨਾਂ ਦੇ ਸਾਖ ਸੰਬੰਧੀ ਹੈ ਉਹਨੂੰ ਹੌਸਲਾ ਵੀ ਦਿੰਦੇ ਹੋ। ਇੱਕ ਹੁੰਦਾ ਹੈ ਨਾ ਕਿ ਜੋ ਛੋਟੇ ਹੁੰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀਗੇ ਵੀ ਜੇ ਮਤਲਬ ਇੱਕ ਵੈਸੇ ਹੈ ਤਾਂ ਬਚਕਾਨੀ ਜੀ ਗੱਲ, ਲੇਕਿਨ ਹੈ ਰੀਅਲਿਸਟਿਕ ਆ। ਜਦੋਂ ਛੋਟੇ ਹੁੰਦੇ ਤਾਂ ਕਹਿੰਦੇ ਹੁੰਦੇ ਯਾਰ ਉਹ ਡੈੱਡ ਬੋਡੀ ਦੇਖ ਲਈ, ਕਿ ਵੀ ਡੈੱਡ ਬੋਡੀ ਦੇਖਣ ਤੋਂ ਜਿਹੜਾ ਜੀ ਉਹ ਇੱਕ ਮਨ 'ਚ ਵੈਸੇ ਵਹਿਮ ਵੜਿਆ ਹੁੰਦਾ ਸੀ, ਡਰ ਆਉਂਦਾ ਹੈ ਨਾ ਜੀ। ਪਰ ਤੁਹਾਡਾ ਤਾਂ ਵਾਹ ਵਾਸਤਾ ਇੱਦਾਂ ਦੇ ਨਾਲ, ਅਤੇ ਮੈਂ ਤੁਹਾਨੂੰ ਸਾਈਕੋਲੋਜੀਕਲ ਸਵਾਲ ਇਹ ਕੀਤਾ ਸੀ, ਕਹਿੰਦੇ ਤੁਸੀਂ ਫਿਰ ਮੈਨੂੰ ਇਹ ਜਵਾਬ ਦਿੱਤਾ ਸੀ ਵੀ ਨਹੀਂ, ਕਿ ਵੀ ਹੁਣ ਤਾਂ ਇਹ ਜਿਹੜਾ ਕੰਮ ਕਰਕੇ ਕਿੱਤੇ ਕਰਕੇ ਤਾਂ ਹੁਣ ਇਹ ਰੁਝਾਨ ਹੀ ਬਣ ਗਿਆ। ਹਾਂ, ਪਰ ਦੁੱਖ ਉਦੋਂ ਲੱਗਦਾ ਹੈ ਕਿ ਜਦੋਂ ਉਮਰ ਤੋਂ ਪਹਿਲਾਂ ਕੋਈ ਇਹੋ ਜਿਹਾ ਹਾਦਸਾ ਕਿਸੇ ਨਾਲ ਹੋ ਜਾਵੇ, ਕਿਸੇ ਨੌਜਵਾਨ ਦੇ ਨਾਲ ਹੋ ਜਾਵੇ ਜਿਹੜੇ ਆਪਣੇ ਖਾਸ ਤੌਰ 'ਤੇ ਇੱਥੇ ਰਹਿੰਦੇ ਜਾਂ ਭਾਰਤ ਤੋਂ ਆਏ ਹੋਏ ਨੇ, ਅਤੇ ਉਦੋਂ ਜਿਹੜਾ ਦਿਲ ਆ ਉਹ ਬੜਾ ਰੋਂਦਾ ਹੈ, ਉਦੋਂ ਮਨ ਨੂੰ ਬੜਾ ਦੁੱਖ ਹੁੰਦਾ ਹੈ, ਸੱਟ ਲੱਗਦੀ ਹੈ। ਸੋ ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਜੀ। ਸੰਤ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੌਤ ਤਾਂ ਦੁਖਦਾਈ ਹੈ ਜੀ ਬਹੁਤ, ਕੋਈ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਕੋਈ ਇਹਦੇ ਬਾਰੇ ਸੁਣਨਾ ਨਹੀਂ ਚਾਹੁੰਦਾ, ਅਤੇ ਨਾ ਪਰਸਨਲੀ ਤੌਰ 'ਤੇ ਮਨੁੱਖ ਨਾ, ਅਤੇ ਆਪ ਵੀ ਉਹ ਵੱਡੀ ਉਮਰ ਲੰਮੇਰੀ ਉਮਰ ਜੀਣਾ ਚਾਹੁੰਦਾ, ਅਤੇ ਪਰਿਵਾਰ ਦਾ ਵੀ ਦਿਲ ਕਰਦਾ ਹੁੰਦਾ ਵੀ ਇਹ ਸਾਡੇ ਕੋਲ ਹੀ ਬੈਠਾ ਰਹੇ, ਪਰ ਅਜਿਹਾ ਨਹੀਂ ਹੈ। ਗੁਰਬਾਣੀ ਦੇ ਹਿਸਾਬ ਨਾਲ ਵੀ ਜਿਵੇਂ ਤੁਸੀਂ ਆਖਿਆ, ਗੁਰੂ ਸਾਹਿਬ ਨੇ ਕਿਹਾ ਕਿ ਜੋ ਜਨਮਿਆ ਸੋ ਸਮਝੋ ਮੂਆ, ਇਹ ਮਿਥ ਕੇ ਚੱਲੋ ਕਿ ਜਿਹੜੀ ਚੀਜ਼ ਦਾ ਪੈਦਾਇਸ਼ ਹੋ ਗਈ ਹੈ ਉਹਦੀ ਮੌਤ ਅਵਸ਼ ਹੈ। ਨਾਟ ਓਨਲੀ ਦਾ ਹਿਊਮਨ ਬੀਇੰਗਸ, ਐਨੀਥਿੰਗ ਯੂ ਕੈਨ ਸੀ ਵਿਦ ਯੋਰ ਓਨ ਆਈਜ਼, ਬਿਲਕੁਲ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਤੁਹਾਡੀ ਅੱਖ ਦੇ ਨਾਲ ਦਿਖਾਈ ਦਿੰਦੀ ਹੈ ਨਾ, ਉਹਦੀ ਮੌਤ ਹੈ, ਉਹਦੀ ਮੌਤ ਹੈ। ਦੂਸਰੀ ਗੱਲ ਇਹ ਹੈ ਜੀ ਕਿ ਜਦੋਂ ਕਿਸੇ ਨੌਜਵਾਨ ਪੁੱਤਰ ਧੀ ਦੀ ਸਡਨਲੀ ਅਚਾਨਕ ਮੌਤ ਹੋ ਜਾਂਦੀ ਹੈ, ਕਾਰਨ ਕੋਈ ਵੀ ਹੋਵੇ, ਉਦੋਂ ਪਰਿਵਾਰ ਵਾਸਤੇ ਤਾਂ ਬਹੁਤ ਹੀ ਵੱਡਾ ਅਸਹਿ ਸਦਮਾ ਹੈ, ਪਰ ਸਾਡੇ ਵਾਸਤੇ ਵੀ ਬੜਾ ਉਹ, ਸਾਡਾ ਵੀ ਉੱਥੇ ਦਿਲ ਜਿਹੜਾ ਮਨ ਪਸੀਜ ਜਾਂਦਾ ਹੈ ਕਿ ਦੇਸ ਇਸ ਬੱਚੇ ਦੀ ਉਮਰ 20-22 ਸਾਲ ਸੀ, ਅਤੇ ਇਹਦੀ ਸਾਰੀ ਉਮਰ ਇਹਨੇ ਕਮਾਈ ਕਰਨੀ ਸੀ, ਆਪਣੇ ਪੇਰੈਂਟਸ ਨੂੰ ਲੁੱਕ ਆਫਟਰ ਕਰਨਾ ਸੀ। ਹੁਣ ਅੱਗੇ ਦੁਖਾਂਤ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਬੱਚੇ ਵੀ ਲੋਕਾਂ ਦੇ ਇੱਕ ਇੱਕ ਦੋ ਦੋ ਹੀ ਨੇ, ਜਦੋਂ ਉਹ ਵੀ ਉਹਨਾਂ ਦਾ ਚਲੇ ਜਾਵੇ, ਉਹ ਜਿੱਥੇ ਪਰਿਵਾਰ ਨੂੰ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ, ਉੱਥੇ ਸਾਡੇ ਵਾਸਤੇ ਵੀ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ ਜੀ। ਪਰ ਹੁਣ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਬੜੀਆਂ ਦੁਖਦਾਈ ਖਬਰਾਂ ਪੜ੍ਹਨ ਨੂੰ ਮਿਲ ਰਹੀਆਂ ਨੇ। ਜਿਹੜੇ ਸਾਡੇ ਅੰਤਰਰਾਸ਼ਟਰੀ ਸਟੂਡੈਂਟਸ ਆਉਂਦੇ ਨੇ, ਉਹ ਵਿਚਾਰੇ ਫਨ ਕਰਨ ਜਾਂਦੇ ਨੇ, ਜਿਹਨੂੰ ਕਹਿੰਦੇ ਨੇ ਕਿ ਵੀ ਚਲੋ ਛੁੱਟੀ ਵਾਲਾ ਦਿਨ ਹੈ, ਮੌਜ ਮਸਤੀ ਕਰ ਆਈ, ਔਰ ਗਰਮੀਆਂ ਦਿਨ ਨੇ, ਚੰਗਾ ਦਿਨ ਖੁੱਲ੍ਹੇ ਹੋਏ ਨੇ, ਅਤੇ ਬੀਚਿਸ ਦੇ ਉੱਪਰ ਚਲੇ ਜਾਂਦੇ ਨੇ, ਔਰ ਉੱਥੇ ਇਹ ਹਾਦਸੇ ਜਿਹੜੇ ਵਾਪਰ ਜਾਂਦੇ ਨੇ, ਇਹ ਬੜਾ ਵੱਡਾ ਦੁਖਾਂਤ ਹੈ ਜੀ। ਇੱਕ ਤਾਂ ਪਰਿਵਾਰ ਪਿਛਲਾ ਹੀ ਉਜੜ ਜਾਂਦਾ ਜੀ, ਉਹ ਇੰਨੇ ਪੈਸੇ ਲਾ ਕੇ ਉਹਨਾਂ ਨੂੰ ਇਹ ਭੇਜਿਆ, ਨੌਜਵਾਨ ਪੁੱਤਰ ਦਾ, ਧੀ ਦਾ ਇਸ ਤਰ੍ਹਾਂ ਚਲੇ ਜਾਣਾ। ਜਿਹੜਾ ਤੁਹਾਡਾ ਕੁਐਸਚਨ ਸੀ ਕਿ ਉਹਨਾਂ ਦੇ ਨਾਲ ਦੇ ਸਹਿਯੋਗੀ ਜਿਹੜੇ ਰੂਮਮੇਟਸ ਨੇ, ਸਟੂਡੈਂਟਸ ਨੇ, ਉਹਨਾਂ 'ਤੇ ਕੀ ਬੀਤਦੀ ਹੈ? ਮੈਂ ਦੇਖਿਆ ਜੀ, ਉਹ ਬੱਚੇ ਵਿਚਾਰੇ ਜਦੋਂ ਸਾਡੇ ਕੋਲ ਆਉਂਦੇ ਨੇ ਅਤੇ ਦੱਸਦੇ ਨੇ ਕਿ ਸਾਡਾ ਦੋਸਤ ਇਸ ਤਰ੍ਹਾਂ ਚਲਾ ਗਿਆ,
ਅਤੇ ਉਹਨਾਂ ਦੇ ਮੱਥੇ ਦੇ ਉੱਤੇ ਮੈਂ ਜਾਂ ਉਹਦੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਮੈਂ ਭੈ ਦੇਖਦਾ ਜੀ, ਅਤੇ ਉਹ ਕਨਫਿਊਜ਼ਡ ਵੀ ਨੇ ਕਿਤੇ ਉਹਨਾਂ ਦਾ ਤਾਂ ਕੋਈ ਗਲਤੀ ਤਾਂ ਨਹੀਂ ਉਹਨਾਂ ਕੋਲ ਹੋ ਗਈ, ਕਿਉਂਕਿ ਜ਼ਿੰਦਗੀ 'ਚ ਉਹਨਾਂ ਦਾ ਤਜਰਬਾ ਨਹੀਂ ਹੈ ਜੀ, ਉਹਨਾਂ ਦਾ ਕਦੀ ਦੇਖਿਆ ਹੀ ਨਹੀਂ ਗਾ ਮੁਰਦਾ ਸਰੀਰ ਨਹੀਂ ਦੇਖਿਆ, ਨਾ ਕਦੀ ਇਹੋ ਜਿਹੀ ਮੌਤ ਹੋਈ ਹੁੰਦੀ ਹੈ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਇਹਦੀ ਬੋਡੀ ਨੂੰ ਉੱਥੇ ਇੰਡੀਆ ਭੇਜੀਏ, ਇਹਦੇ ਪੇਰੈਂਟਸ ਨਾਲ ਗੱਲ ਕਿਵੇਂ ਕਰੀਏ, ਇਹਦਾ ਸੰਸਕਾਰ ਇੱਥੇ ਕਰਨਾ, ਉਦੋਂ ਅਗਲੀ ਜਿਹੜੀ ਗੱਲ ਹੈ ਬਹੁਤ ਵੱਡੇ ਖਰਚੇ ਦੀ ਪੈ ਜਾਂਦੀ ਹੈ ਜੀ, ਜੇ ਇੰਡੀਆ ਬੋਡੀ ਭੇਜਣੀ ਹੈ ਤਾਂ ਏਅਰਲਾਈਨ ਵਾਲੇ ਘੱਟੋ ਘੱਟ 4.5-5 ਹਜ਼ਾਰ ਡਾਲਰ ਇਕੱਲੇ ਏਅਰ ਵਾਲੇ, ਕਿਉਂਕਿ ਉਹ ਕਾਰਗੋ ਦੇ ਜੇ ਵੇਟ ਦੇ ਹਿਸਾਬ ਨਾਲ ਜਾਣਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨੇ ਬੱਚਿਆਂ ਵਾਸਤੇ ਵੀ ਬੜਾ ਔਖਾ ਜੀ। ਪਿਛਲੇ ਮਹੀਨੇ ਦੇ ਵਿੱਚ ਜਿਵੇਂ ਦੱਸਿਆ ਜੀ, 4 ਇਹੋ ਜਿਹੀਆਂ ਦੁਖਦਾਈ ਮੌਤਾਂ ਹੋਈਆਂ, ਉਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਉਹ ਕਾਰਨ ਆਪਾਂ ਫਿਰ ਕਿਸੇ ਪ੍ਰੋਗਰਾਮ 'ਚ ਮੈਂ ਸਮਝਦਾ ਵੀ ਆਪਾਂ ਨਿਵੇਕਲੇ ਇਹ ਗੱਲ ਨੂੰ ਡਿਸਕਸ ਕਰੀਏ, ਅਤੇ ਸਾਨੂੰ ਉਹਨਾਂ ਨੂੰ ਉਹ ਜਿਹੜੇ ਕਾਰਨ ਆ ਜਾਂ ਇਹ ਮੌਤਾਂ ਨਾ ਹੋਣ ਉਹਨਾਂ ਦੇ ਬਚਾਓ ਲਈ ਆਪਾਂ ਕੀ ਕਰ ਸਕਦੇ ਹਾਂ, ਪ੍ਰਾਈਮ ਏਸ਼ੀਆ ਦੇ ਥਰੂ ਜਾਂ ਸਾਡੇ ਫਿਊਨਲ ਹੋਮ ਦੇ ਥਰੂ ਕੀ ਕਰ ਸਕਦੇ ਹਾਂ, ਉਹ ਇੱਕ ਲੰਬਾ ਚੌੜਾ ਵਿਸ਼ਾ ਹੈ। ਉਹਨਾਂ 'ਤੇ ਪ੍ਰੈਸ਼ਰ ਹੈ, ਉਹਨਾਂ ਦੇ ਉਹਨਾਂ ਨੂੰ ਜੋਬਸ ਦੀ ਪ੍ਰੋਬਲਮ ਹੈ, ਉਹਨਾਂ ਦੀ ਰਹਿਣ ਦੀ ਪ੍ਰੋਬਲਮ ਹੈ, ਉਹਨਾਂ ਦੇ ਪੈਸਿਆਂ ਦੀ ਪ੍ਰੋਬਲਮ ਆ, ਉਹ ਇਮੋਸ਼ਨਲ ਇਸ਼ੂਜ਼ ਨੇ, ਉਹ ਪੰਜਾਬ ਤੋਂ ਉੱਠ ਕੇ ਪਿੰਡ 'ਚੋਂ ਸਿੱਧੇ ਹੀ ਆਪਾਂ ਉੱਥੋਂ ਉਹ ਬੂਟੇ ਨੂੰ ਉਖਾੜ ਕੇ ਅਤੇ ਵੈਸਟਰਨ ਕੰਟਰੀ ਦੇ ਵਿੱਚ ਲਿਆ ਕੇ ਇੱਥੇ ਪਲਾਂਟੇਸ਼ਨ ਕਰ ਦਿੱਤੀ ਹੈ, ਉਹ ਕੋਪ ਨਹੀਂ ਕਰ ਰਿਹਾ, ਇਹ ਵੱਖਰਾ ਇਸ਼ੂ ਆਪਾਂ ਫਿਰ ਕਿਸੇ ਦਿਨ ਡਿਸਕਸ ਕਰਾਂਗੇ। ਪਰ ਇਹ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਇਆ ਹੈ ਕਿ ਕਈ ਵਾਰੀ ਜਿਹੜੇ ਪੇਰੈਂਟਸ ਨੇ ਉਹ ਵੀਜ਼ੇ 'ਤੇ ਆ ਜਾਂਦੇ ਨੇ ਇੱਥੇ, ਔਰ ਇੱਥੇ ਆ ਕੇ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ, ਰੱਬ ਨਾ ਕਰੇ ਉਹਨਾਂ ਨੂੰ ਵੀ ਕੋਈ ਸਮੱਸਿਆ ਆ ਜਾਂਦੀ ਹੈ ਜਾਂ ਉਹਨਾਂ ਦੇ ਵਿੱਚੋਂ ਵੀ ਕੋਈ ਚਲਾ ਜਾਂਦਾ ਹੈ, ਅਤੇ ਉਹ ਜਿਹੜੀ ਇੰਸ਼ੋਰੈਂਸ ਲੈ ਕੇ ਆਉਂਦੇ ਨੇ, ਕੀ ਉਹ ਇੱਥੇ ਜਿਹੜੀ ਕਵਰ ਕਰਦੀ ਹੈ ਜਾਂ ਨਹੀਂ ਕਰਦੀ ਹੈ ਜੀ? ਬੜਾ ਅੱਛਾ ਸਵਾਲ ਤੁਸੀਂ ਕੀਤਾ ਜੀ। ਪਹਿਲੀ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਸੀ, ਦੂਸਰਾ ਜਿਹੜਾ ਸੁਪਰ ਵੀਜ਼ੇ 'ਤੇ ਸਾਡੇ ਭੈਣ ਭਰਾ ਆਉਂਦੇ ਨੇ, ਪੇਰੈਂਟਸ ਜਾਂ ਈਵਨ ਗ੍ਰੈਂਡ ਪੇਰੈਂਟਸ ਨੂੰ ਵੀ ਕਾਫੀ ਵੀਜ਼ਾ ਮਿਲ ਰਿਹਾ ਜੀ। ਜੇ ਗ੍ਰੈਂਡ ਪੇਰੈਂਟਸ ਹੈ ਤਾਂ ਉਹਨਾਂ ਦੀ ਨੈਚੁਰਲ ਉਹਨਾਂ ਦੀ ਉਮਰ 65-70 ਸਾਲ 75 ਸਾਲ ਤਾਂ ਹੋਵੇਗੀ ਜਦੋਂ ਗ੍ਰੈਂਡ ਪੇਰੈਂਟਸ, ਜਿਹਨਾਂ ਦਾ ਬੱਚਾ ਇੱਥੇ ਵੀ ਗ੍ਰੈਂਡ ਚਿਲਡਰਨ ਵੀ 22 ਸਾਲ ਦੇ ਨੇ, ਉਹ ਇਨਫ ਇੰਸ਼ੋਰੈਂਸ ਕਰਵਾ ਕੇ ਨੇ ਜੀ ਉੱਥੋਂ ਆਉਂਦੇ, ਥੋੜ੍ਹਾ ਜਿਹਾ ਡਾਲਰ ਬਚਾਉਣ ਵਾਸਤੇ। ਇੱਕ ਤਾਂ ਉਸ ਉਮਰ ਦੇ ਵਿੱਚ ਨਿਰਸੰਦੇਹ ਕੋਈ ਨਾ ਕੋਈ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਤਾਂ ਹੁੰਦੀਆਂ ਨੇ ਜੀ, ਜੇ ਕੋਈ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਿਤੇ ਕਰਾਉਣਾ ਪਵੇ ਉਹ ਫੁੱਲ ਕਵਰੇਜ ਨਹੀਂ ਹੈ ਜੀ, ਅਤੇ ਜੇ ਅਨਫੋਰਚੁਨੇਟਲੀ ਡੈਥ ਹੋ ਜਾਏ ਜਿਹੜੀਆਂ ਹੋ ਵੀ ਰਹੀਆਂ ਨੇ ਤਾਂ ਫਿਰ ਬੜੀ ਵੱਡੀ ਮੁਸੀਬਤ ਖੜੀ ਹੁੰਦੀ ਹੈ। ਜਿਸ ਇੰਟਰਨੈਸ਼ਨਲ ਸਟੂਡੈਂਟ ਦੇ ਕੋਲ ਉਹਦੇ ਗ੍ਰੈਂਡ ਪੇਰੈਂਟਸ ਆਏ ਨੇ, ਉਹ ਬੱਚਾ ਤਾਂ ਆਪ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਿਹਾ, ਅਤੇ ਉੱਤੋਂ ਉਹਦਾ ਫਿਊਨਲ ਦਾ ਖਰਚਾ ਜੀ, ਇਨਫ ਇੰਸ਼ੋਰੈਂਸ ਲੈ ਕੇ ਨੇ ਜੀ ਆਉਂਦੇ ਉਹ, ਉਹਨਾਂ ਦੀ ਕਈ ਵਾਰੀ ਉੱਥੋਂ ਨਾ ਆਪਾਂ ਕਾਲ ਕਰ ਲੈਂਦੇ ਹਾਂ ਜੀ, ਕੋਈ ਕਾਹਨੂੰ 500-700 ਡਾਲਰ ਹੋਰ ਦੇਣਾ ਆ, ਇਹਨਾਂ ਨੂੰ ਕੀ ਹੋਣ ਲੱਗਾ ਚੰਗੇ ਭਲੇ ਨੇ। ਮੇਰੀ ਬੇਨਤੀ ਇਹ ਆ ਕਿ ਜਿੱਥੇ ਆਪਾਂ ਲੱਖਾਂ ਹੀ ਡਾਲਰ ਏਅਰ ਟਿਕਟਸ ਦਾ ਉੱਥੋਂ ਹੋਰ ਸਾਰਾ ਖਰਚਾ ਕਰਕੇ ਆਉਂਦੇ ਹਾਂ, ਉੱਥੇ ਅੱਛੀ ਤਰ੍ਹਾਂ ਜਿਹੜਾ ਤੁਹਾਡੇ ਟਰੈਵਲ ਏਜੰਟਸ ਨੇ ਜਾਂ ਤੁਹਾਡੇ ਇੰਸ਼ੋਰੈਂਸ ਏਜੰਟ ਨੇ ਉਹਨਾਂ ਦੇ ਕੋਲੋਂ ਫੁੱਲ ਕਵਰੇਜ ਲੈ ਕੇ ਆਓ ਜੀ। ਜੀ ਜਿਹੜਾ ਫਿਊਨਲ ਦਾ ਖਰਚਾ, ਕਈ ਵਾਰੀ ਉਹ ਕਹਿੰਦੇ ਨੇ ਜੀ ਬੋਡੀ ਪਿੱਛੇ ਭੇਜਣੀ ਆ, ਬੋਡੀ ਪਿੱਛੇ ਭੇਜਣ ਦਾ 10-12 ਹਜ਼ਾਰ ਡਾਲਰ ਖਰਚਾ ਹੈ ਜੀ। ਜੇ ਇੰਸ਼ੋਰੈਂਸ ਦੇ ਵਿੱਚ ਹੀ ਆਪਾਂ 500 ਡਾਲਰ ਜਾਂ 1000 ਡਾਲਰ, ਮੈਨੂੰ ਪਤਾ ਨਹੀਂ ਕਿ ਕਿੰਨੀ ਕਵਰੇਜ ਕਿੰਨੇ ਦੀ ਹੋਏਗੀ, ਜੇ ਉਹ ਕਰਵਾ ਕੇ ਆਉਂਦੇ ਤਾਂ ਘੱਟੋ ਘੱਟ ਇੱਕ ਫਿਕਰ ਤਾਂ ਆਪਣਾ ਇਹ ਮੁੱਕ ਸਕਦਾ ਜੀ। ਪਰ ਇੱਕ ਵੈਸੇ ਸਵਾਲ ਹੈ ਆ ਕਿ ਕਈ ਵਾਰੀ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਕੈਨੇਡਾ ਨਹੀਂ ਆ ਸਕਦੇ, ਪਰ ਬੱਚੇ ਦੀ ਜਿਹੜੀ ਮੌਤ ਇੱਥੇ ਹੋ ਜਾਂਦੀ ਹੈ ਅਤੇ ਫਿਰ ਉਹਨਾਂ ਦਾ ਇਹ ਹੁੰਦਾ ਹੈ ਕਿ ਅਖੀਰਲੀ ਵਾਰੀ ਜਿਹੜੀ ਹੈ ਮ੍ਰਿਤਕ ਦੇਹ ਦੇ ਦਰਸ਼ਨ ਕਰ ਲਏ ਜਾਣ ਅਤੇ ਬੱਚੇ ਦੀ ਜਿਹੜੀ ਬੋਡੀ ਹੈ ਵਾਪਸ ਜਿਹੜੀ ਹੈ ਭਾਰਤ ਮੰਗਵਾ ਲਈ ਜਾਵੇ, ਉਹਦਾ ਬਾਰੇ ਜਾਣਕਾਰੀ ਇਹ ਹੈ ਕਿ ਫਿਰ ਉੱਥੋਂ ਜਿਹੜੇ ਮਾਪੇ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਜਾਂ ਕਿਸ ਤਰੀਕੇ ਦੇ ਨਾਲ ਬੋਡੀ ਵਾਪਸ ਜਾਂਦੀ ਹੈ ਜੀ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਉਹ ਮਾਪਿਆਂ ਦੀ ਖੁਆਇਸ਼ ਹੁੰਦੀ ਹੈ ਵੀ ਚਲੋ ਜੇ ਬੱਚਾ ਨਹੀਂ ਰਿਹਾ ਘੱਟੋ ਘੱਟ ਉਹਦੀ ਬੋਡੀ ਇੱਥੇ ਆ ਜਾਏ, ਆਪਾਂ ਹੱਥੀਂ ਉਹਦਾ ਸੰਸਕਾਰ ਤਾਂ ਕਰ ਲਈਏ ਜੀ। ਉਹ ਬੜਾ ਵੱਡਾ ਖਰਚਾ, ਜਿਵੇਂ ਮੈਂ ਤੁਹਾਨੂੰ ਦੱਸਿਆ 10-12 ਹਜ਼ਾਰ ਡਾਲਰ ਦਾ ਖਰਚਾ ਹੈ ਜੀ। ਉਹਦੇ 2 ਤਰੀਕੇ ਨੇ ਜੀ। ਇੱਕ ਤਾਂ ਜੇ ਪੇਰੈਂਟਸ ਇਹ ਕਹਿ ਦੇਣ ਗਵਰਨਮੈਂਟ ਆਫ ਇੰਡੀਆ ਨੂੰ ਕਿ ਸਾਡੇ ਕੋਲ ਬਿਲਕੁਲ ਪੈਸੇ ਨਹੀਂ, ਪਰ ਗਵਰਨਮੈਂਟ ਆਫ ਇੰਡੀਆ ਚੈੱਕ ਕਰੇਗੀ ਉਹਨਾਂ ਨੂੰ, ਉਹਨਾਂ ਦੇ ਘਰ ਦੇ ਹਾਲਾਤ, ਬੈਂਕ ਬੈਲੈਂਸ, ਜ਼ਮੀਨ, ਜੋ ਵੀ ਬਿਜ਼ਨਸ ਹੈ ਚੈੱਕ ਕਰੇਗੀ, ਅਤੇ ਜੇ ਉਹਨਾਂ ਨੂੰ ਉਹਨੇ ਤਸੱਲੀ ਹੋ ਜਾਏ ਵੀ ਵਾਕਿਆ ਹੀ ਇਹਨਾਂ ਕੋਲ ਕੁਛ ਨਹੀਂ ਅਤੇ ਬੋਡੀ ਸਾਡਾ ਸਿਟੀਜ਼ਨ ਹੈ ਵਾਪਸ ਜਾਣੀ ਚਾਹੀਦੀ ਹੈ, ਅਤੇ ਫਿਰ ਉਹ ਦੇ ਆਰ ਕੁਆਇਟ ਹੈਲਪਫੁਲ। ਓਕੇ, ਜਿਹੜੀ ਆਪਣੀ ਇੰਡੀਅਨ ਕੌਂਸਲਰ ਜਨਰਲ ਟੋਰਾਂਟੋ ਆ ਜੀ, ਦੇ ਆਰ ਵੈਰੀ ਵੈਰੀ ਹੈਲਪਫੁਲ। ਉਹਨਾਂ ਨੇ ਕਾਫੀ ਇੱਦਾਂ ਬੱਚਿਆਂ ਦੀ ਹੈਲਪ ਕੀਤੀ, ਪਰ ਸਾਰਿਆਂ ਦੀ ਨਹੀਂ ਉਹ ਕਰਦੇ, ਉਹ ਦੇਖਦੇ ਨੇ ਜੀ ਕਿ ਇਹਨਾਂ ਦੀ ਜੇ ਅਫੋਰਡੇਬਿਲਟੀ ਆ ਤਾਂ ਨਹੀਂ ਕਰਨਗੇ। ਹਾਂ, ਉਹ ਖਰਚਾ ਬਹੁਤ ਵੱਡਾ ਪੈ ਜਾਂਦਾ ਜੀ, ਉਹ ਪੇਰੈਂਟਸ ਨੂੰ ਅਨਫੋਰਚੁਨੇਟ ਆ, ਫਿਰ ਉਹਨਾਂ ਨੂੰ ਕਰਨਾ ਪਏਗਾ ਜਾਂ ਉਹਨਾਂ ਦੇ ਜਿਹੜੇ ਇੱਥੇ ਯਾਰ ਦੋਸਤ ਆ ਉਹ ਇਕੱਠੇ ਕਰਨਗੇ, ਕਈ ਵਾਰੀ ਜਿਹੜੀ ਕਮਿਊਨਿਟੀ ਆ ਜੀ ਉਹ ਵੀ ਚਿਪ ਇਨ ਕਰ ਦਿੰਦੀ। ਬਿਲਕੁਲ ਸਹੀ ਗੱਲ। ਸੋ ਕਾਫੀ ਸਵਾਲ ਮਨ ਦੇ ਵਿੱਚ ਹੋਰ ਵੀ ਹੈਗੇ ਜਿਹੜੇ ਤੁਹਾਡੇ ਕੋਲ ਜਾਣਨੇ ਨੇ ਕਿ ਸਮਾਂ ਇੱਕ ਵਕਫੇ ਦਾ ਹੋ ਗਿਆ, ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਪਰਦੇ ਆ।
इस वक्फे तो बाद एक बार फिर तुहाडे सारयां दा स्वागत है प्रोग्राम प्राइम टॉक दे विच। और अज साडे नाल ब्रैम्पटन कमिशन सेंटर तो सरदार इंद्रजीत सिंह बालहुनी हाजिर ने। आओ उन्हां दे नाल अगली गल जिहड़ी उन्हां तों जाणदे हां। वल साहब, पहलां इस ब्रेक तो आपां गलबात कर रहे सी कि जदों बॉडी नूं इंडिया भेजा जांदा है, क्योंकि उस समय ही इहो जिहा हुंदा सदमे वाला, और हर कोई चाहुंदा है कि जिहड़ी बॉडी है ਉਹ ਜਲਦੀ ਤੋਂ ਜਲਦੀ ਜਿਹੜੀ ਆ ਇੰਡੀਆ ਪਰਿਵਾਰ ਦੇ ਕੋਲ ਅੱਪੜ ਜੇ। ਇਹ ਦਰਅਸਲ ਕਿਵੇਂ ਸਾਰਾ ਜੇ ਸਾਰਾ ਪ੍ਰੋਸੀਜਰ ਹੁੰਦਾ, ਕਿੰਨਾ ਦਿਨ ਲੱਗਦੇ, ਕਿ ਜਿਸ ਤਰੀਕੇ ਨਾਲ ਹੁੰਦਾ ਨਾ ਕਿ ਬੰਦੇ ਨੇ ਐਮਰਜੈਂਸੀ ਟਿਕਟ ਅੱਜ ਕਟਾਈ ਆ ਅਤੇ ਅਗਲੇ ਦਿਨ ਜਾ ਕੇ ਦਿੱਲੀ ਉਤਰ ਗਿਆ, ਇੱਦਾਂ ਦਾ ਕੁਛ ਹੁੰਦਾ ਹੈ ਕਿ ਜਾਂ ਇਹਨੂੰ ਕੁਝ ਦਿਨ ਲੱਗਦੇ ਨੇ, ਕੁਝ ਸਮਾਂ ਲੱਗਦਾ ਹੈ? ਸਭ ਤੋਂ ਬੜਾ ਅੱਛਾ ਤੁਹਾਡਾ ਸਵਾਲ ਹੈ। ਪਹਿਲੀ ਗੱਲ ਤਾਂ ਜਿਹੜਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਖਾਸ ਕਰਕੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ, ਜੀ ਸਭ ਤੋਂ ਪਹਿਲਾਂ ਉਹ ਡੈਥ ਕਿਸੇ ਸਟੂਡੈਂਟ ਦੀ ਹੋਵੇ ਜਾਂ ਇੱਥੇ ਕਿਸੇ ਪ੍ਰਾਣੀ ਦੀ ਹੋਵੇ, ਸਭ ਤੋਂ ਪਹਿਲਾਂ ਕਾਨੂੰਨ ਤੌਰ 'ਤੇ ਸਾਨੂੰ ਇਸਟੈਬਲਿਸ਼ ਕਰਨਾ ਪੈਂਦਾ ਅਤੇ ਨੈਕਸਟ ਕਿਨ ਕੌਣ ਹੈ, ਸਭ ਤੋਂ ਨੇੜਲਾ ਰਿਸ਼ਤੇਦਾਰ ਕੌਣ ਆ, ਸਾਨੂੰ ਉਹਦੀ ਪਰਮਿਸ਼ਨ ਚਾਹੀਦੀ ਹੈ ਜੀ ਉਹਦੀ ਬੋਡੀ ਨੂੰ ਡਿਸਪੋਜ਼ ਆਫ ਕਰਨ ਨੂੰ। ਹਸਬੈਂਡ ਵਾਈਫ 'ਚ ਵਾਈਸ ਵਰਸਾ ਹੋ ਜਾਣਗੇ, ਅਤੇ ਜੇ ਉਹ ਡਾਈਵੋਰਸ ਹੈਗੀ ਆ ਅਤੇ ਫਿਰ ਉਹਦੇ ਬੱਚੇ ਹੋ ਜਾਣਗੇ, ਜੇ ਬੱਚੇ ਵੀ ਨਹੀਂ ਕੋਈ ਸਿੰਗਲ ਆ ਸਟੂਡੈਂਟ ਆ, ਫਿਰ ਉਹਦੇ ਪੇਰੈਂਟਸ ਦੀ ਪਰਮਿਸ਼ਨ ਸਾਨੂੰ ਲੈਣੀ ਪਏਗੀ। ਉੱਥੇ ਬੈਠਾ ਪਰਮਿਸ਼ਨ ਇੱਕ ਐਫੀਡੈਵਿਟ ਨੋਟਰਾਈਜ਼ ਕਰਵਾ ਕੇ ਕਿਸੇ ਨੂੰ ਆਥੋਰਾਈਜ਼ ਕਰੇਗਾ ਕੈਨੇਡਾ ਦੇ ਵਿੱਚ, ਜਿਹੜਾ ਬੰਦਾ ਸਾਡੇ ਕੋਲ ਚਿੱਠੀ ਲੈ ਕੇ ਆਵੇਗਾ ਕਿ ਹੁਣ ਮੈਂ ਫਿਊਨਰਲ ਅਰੇਂਜਮੈਂਟ ਕਰਨੇ ਨੇ ਜੀ। ਉਹ ਘੱਟੋ ਘੱਟ 10 ਬਿਜ਼ਨਸ ਡੇ ਲੱਗਦੇ ਨੇ ਜੀ ਬੋਡੀ ਭੇਜਣ ਨੂੰ। ਬਹੁਤ ਸਾਰੇ ਲੋਕਾਂ ਨੂੰ, ਮੈਨੂੰ ਪਤਾ ਵੀ ਬੜੇ ਦੁੱਖ ਦਾ ਸਮਾਂ ਹੁੰਦਾ ਜੀ, ਪਰ ਸਾਡੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਸਾਡੇ ਕੋਲ ਪਰਮਿਸ਼ਨ ਆ ਜਾਵੇ, ਇੱਕ ਦੋ ਦਿਨ ਤੋਂ ਉਹ ਲੰਘ ਜਾਂਦੇ ਆ ਜੀ, ਇੱਕ ਦੋ ਦਿਨ ਬੋਡੀ ਰਿਲੀਜ਼ ਹੁੰਦੀ ਨੂੰ ਲੰਘ ਜਾਂਦੇ ਨੇ, ਫਿਰ ਅਸੀਂ ਉਹਨਾਂ ਦੇ ਡੈਥ ਸਰਟੀਫਿਕੇਟ ਅਪਲਾਈ ਕਰਨੇ ਆ ਅੰਟੈਰੀਓ ਗਵਰਨਮੈਂਟ ਵੱਲੋਂ, ਜਿਹੜੇ ਥੰਡਰ ਬੇ ਤੋਂ ਆਉਂਦੇ ਨੇ ਜੀ। ਉਹ ਟੇਕਸ 48 ਆਵਰਸ ਟੂ 72 ਆਵਰ, 48 ਤੋਂ 72 ਘੰਟੇ ਲੱਗਦੇ ਨੇ। ਪਰ ਇਸ ਸਿਚੁਏਸ਼ਨ ਦੇ ਵਿੱਚ ਕੀ ਤੁਹਾਨੂੰ ਚਾਹੀਦਾ ਨਹੀਂ ਕਿ ਸਾਰੀਆਂ ਸਰਕਾਰਾਂ ਨੂੰ, ਮਤਲਬ ਇਹ ਜਿੱਦਾਂ ਕਹਿੰਦੇ ਨੇ ਤਤਕਲੀਨ ਸੇਵਾ ਦੀ ਐਮਰਜੈਂਸੀ ਸਰਵਿਸ ਵੀ ਫੈਕਸ ਕਰ ਦਿਓ ਜਾਂ ਈਮੇਲ ਦੇ ਜ਼ਰੀਏ ਸਾਰਾ ਕੁਝ ਜਲਦੀ? ਮੈਂ ਮਿਨਿਸਟਰ ਨਾਲ ਗੱਲ ਕੀਤੀ ਹੈ ਜੀ ਅੰਟੈਰੀਓ ਸਰਵਿਸਿਸ ਦੇ ਨਾਲ, ਉਹਨਾਂ ਨੂੰ ਈਮੇਲ ਵੀ ਰੱਖੀ ਆ ਵੀ ਇਸ ਇੱਦਾਂ ਦੇ ਵਿੱਚ ਜਿਵੇਂ ਸਾਰੀਆਂ ਪਾਸਪੋਰਟ ਦੀਆਂ ਸੇਵਾਵਾਂ ਤੁਸੀਂ ਕਿਹਾ, ਐਮਰਜੈਂਸੀ ਸਰਵਿਸ ਅਵੇਲੇਬਲ, ਵੀਜ਼ਾ ਸਰਵਿਸ ਅਵੇਲੇਬਲ 24 ਆਵਰ, ਇਸ ਤਰ੍ਹਾਂ ਜਿਹੜੇ ਡੈਥ ਸਰਟੀਫਿਕੇਟ ਇਸ਼ੂ ਕਰਨ ਦਾ ਵੀ ਉਹ ਵੀ ਵੀ ਆਰ ਵਰਕਿੰਗ ਔਨ ਦੈਟ। ਠੀਕ ਹੈ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਉਹੀ ਆਉਂਦੀ ਵੀ ਸਾਡੇ 3 ਦਿਨ ਉੱਥੇ ਖਰਾਬ ਹੋ ਜਾਂਦੇ ਜੀ। ਜਦੋਂ ਉਹ ਇਹ ਪੇਪਰ ਸਾਡੇ ਕੋਲ ਆ ਜਾਂਦਾ ਜੀ, ਫਿਰ ਇਹ ਜਿਹੜਾ ਪੀਲ ਹੈਲਥ ਡਿਪਾਰਟਮੈਂਟ ਹੈ ਜਾਂ ਕਿਸੇ ਰੀਜਨ ਜਿੱਥੇ ਡੈਥ ਹੋਈ ਆ, ਉੱਥੋਂ ਸਾਨੂੰ ਇੱਕ ਚਿੱਠੀ ਲੈਣੀ ਪੈਣੀ ਆ ਕਿ ਇਸ ਬੰਦੇ ਨੂੰ ਸਰੀਰਕ ਤੌਰ 'ਤੇ ਕੋਈ ਇਹੋ ਜਿਹੀ ਕੰਟੇਜੀਅਸ ਡਿਜ਼ੀਜ਼ ਤਾਂ ਨਹੀਂ ਸੀ ਜਿਹਨੂੰ ਹਿੰਦੁਸਤਾਨ ਗੌਰਮੈਂਟ ਬੋਡੀ ਨੂੰ ਲੈਣ ਤੋਂ ਇਨਕਾਰ ਕਰਦਾ। ਉਹ ਪੇਪਰ ਲੈ ਕੇ ਫਿਰ ਅਸੀਂ ਕੌਂਸਲਰ ਜਨ ਕੋਲ ਜਾਂਦੇ ਹਾਂ ਜੀ, ਉਹ ਬੜੇ ਅੱਛੇ ਨੇ ਜੀ, ਉਹ ਸਾਨੂੰ ਤਕਰੀਬਨ 1.5 ਘੰਟੇ 'ਚ ਸਾਰਾ ਕੁਝ ਕਰ ਦਿੰਦੇ ਨੇ। ਫਿਰ ਉਹ ਲਿਆ ਕੇ ਅਤੇ ਫਿਰ ਅਸੀਂ ਬੋਡੀ ਜਿਹੜੀ ਆ ਨਾ ਉਹ ਕਾਰਗੋ ਦੇ ਵਿੱਚ, ਜਿਹੜੀ ਵੀ ਏਅਰਲਾਈਨ 'ਚ ਜਾਣਾ ਚਾਹੁੰਦੀਆਂ ਜਿੱਥੇ ਵੀ ਜਾਣਾ, ਫਿਰ ਉਹਨਾਂ ਨਾਲ ਡੀਲ ਕਰਦੇ ਹਾਂ। ਹੋ ਸਕਦਾ ਫਲਾਈਟ ਦੂਜੇ ਦਿਨ ਮਿਲ ਜਾਵੇ, ਹੋ ਸਕਦਾ ਫਲਾਈਟ ਚੌਥੇ ਦਿਨ ਮਿਲੇ ਜੀ, ਇਸ ਕਰਕੇ 10 ਦਿਨ ਤਕਰੀਬਨ ਲੱਗ ਜਾਂਦੇ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਕਿਸੇ ਦੇ ਨਾਲ ਇੱਦਾਂ ਦੀ ਕੋਈ ਮੰਦਭਾਗੀ ਘਟਨਾ ਜਿਹੜੀ ਵਾਪਰ ਜਾਂਦੀ ਹੈ ਤਾਂ ਫਿਰ ਤੁਸੀਂ ਬ੍ਰੈਂਪਟਨ ਕਮਿਸ਼ਨ ਸੈਂਟਰ ਮਿਸਟਰ ਬਾਲਹੁਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਕੋਈ ਕਿਉਂਕਿ ਗੱਲ ਇਹ ਹੁੰਦੀ, ਕਈ ਵਾਰੀ ਕਈ ਨੂੰ ਪਤਾ ਨਹੀਂ ਹੁੰਦਾ, ਮਤਲਬ ਕਿਉਂਕਿ ਨਹੀਂ ਵਾਪਰਿਆ ਹੁੰਦਾ ਨਹੀਂ ਪਤਾ ਜੀ, ਅਤੇ ਉਹ ਕਹਿੰਦੇ ਵੀ ਕਿੱਥੇ ਜਾਣਾ, ਕੀ ਕਰੀਏ, ਇੱਕ ਤਾਂ ਚੀਜ਼ ਇਹ। ਇੱਕ ਚੀਜ਼ ਮੈਂ ਤੁਹਾਡੇ ਕੋਲ ਇਹ ਪੁੱਛਣੀ ਚਾਹੁੰਦਾ ਕਿ ਕਈ ਵਾਰੀ ਸਾਡੇ ਜਿਹੜੇ ਇੱਥੇ ਆਏ ਹੋਏ ਬਜ਼ੁਰਗ ਨੇ, ਪੁਰਾਣੇ ਇਮੀਗ੍ਰੈਂਟਸ, ਔਰ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਦੀ ਜਿਹੜੀ ਜੀਵਨ ਸ਼ੈਲੀ ਕਈ ਵਾਰੀ ਇੱਦਾਂ ਦੀ ਹੁੰਦੀ ਹੈ ਕਿ ਬੱਚੇ ਵੱਖਰੇ ਰਹਿ ਰਹੇ ਹੁੰਦੇ ਨੇ ਅਤੇ ਬਜ਼ੁਰਗ ਪੇਰੈਂਟਸ ਵੱਖਰੇ ਰਹਿ ਰਹੇ ਹੁੰਦੇ ਨੇ ਅਤੇ ਕਈਆਂ ਦੇ ਵਿੱਚ ਆਪਸ ਦੇ ਵਿੱਚ ਇੰਨੀ ਸਹਿਚਾਰ ਨਹੀਂ ਹੁੰਦਾ, ਅਤੇ ਪੈਨਸ਼ਨ ਲੱਗੀ ਹੁੰਦੀ ਹੈ ਅਤੇ ਉਹ ਫਿਰ ਸੋਚਦੇ ਨੇ ਕਿ ਅਸੀਂ ਹੁਣ ਆਪਣੀ ਜਿਹੜੀ ਹੈਗੀ ਆ ਜੀ ਫਿਊਨਰਲ ਇੰਸ਼ੋਰੈਂਸ ਕਰਵਾ ਲਈਏ, ਪਰ ਏਜ 70 ਜਾਂ 75 ਜਾਂ 80+ ਹੁੰਦੀ ਹੈ, ਉਹ ਹੁੰਦੀ ਨਹੀਂ, ਅਤੇ ਉਸ ਸਮੇਂ ਮਤਲਬ ਉਹ ਕਹਿੰਦੇ ਵੀ ਅਸੀਂ ਜਾਂਦੇ ਹਾਂ ਕਿਸੇ 'ਤੇ ਬੋਝ ਨਹੀਂ ਬਣਨਾ ਚਾਹੁੰਦੇ, ਅਤੇ ਉਹ ਕੋਈ ਹੱਲ ਹੈ ਉਹਦਾ ਦਾ ਜੀ ਕੋਈ? ਹਾਂ ਬਿਲਕੁਲ ਜੀ, 2 ਤਰ੍ਹਾਂ ਜੀ, ਇੱਕ ਤਾਂ ਫਿਊਨਰਲ ਇੰਸ਼ੋਰੈਂਸ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਉਹ ਤਾਂ ਫਿਰ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਸੀਂ ਜਿਹੜਾ ਜੀ ਅਸੀਂ ਪ੍ਰੀ ਅਰੇਂਜ ਕਰਦੇ ਹਾਂ ਜੀ, ਸਾਰੇ ਫਿਊਨਰਲ ਹੋਮ ਹੀ ਕਰਦੇ ਨੇ। ਪ੍ਰੀ ਅਰੇਂਜ ਦਾ ਮਤਲਬ ਕਿ ਬੰਦੇ ਨੇ ਆਪਣੇ ਜੀਉਂਦੇ ਜੀ ਫਿਊਨਰਲ ਹੋਮ ਜਾ ਕੇ ਉਹਨੇ ਸਰਵਿਸਿਜ਼ ਜਿਹੜੀਆਂ ਚੂਜ਼ ਕਰ ਲੈਣੀਆਂ ਵੀ ਆਹ ਬਕਸਾ ਲਾ ਦਿਓ, ਆਹ ਕਰਨਾ, ਆਹ ਗ੍ਰੰਥੀ ਨੂੰ ਲਿਆਉਣਾ, ਭੋਗ ਪਾਉਣਾ, ਇਹ ਕਰਨਾ, ਉਹ ਕਰਨਾ ਕਰਕੇ ਉਹਨੂੰ ਅਸੀਂ ਇੱਕ ਪ੍ਰਾਈਸ ਦੇ ਦਿੰਦੇ ਹਾਂ ਜੀ। ਉਹ ਫਿਰ ਉਹਨਾਂ ਦੀ ਮਰਜ਼ੀ ਹੈ, $100 ਕਰਕੇ ਮਹੀਨੇ ਦਾ ਦੇਈ ਜਾਵੇ, $200 ਕਰਕੇ। ਇਹ ਜਿਹੜੀ ਪਰੰਪਰਾ ਹੈ ਜੀ ਸਾਡੇ ਇੱਥੇ ਜਿਹੜੀ ਵਾਈਟ ਕਮਿਊਨਿਟੀ ਹੈ ਉਹਦੇ ਵਿੱਚ ਤਾਂ ਬਹੁਤ ਵਰ੍ਹਿਆਂ ਤੋਂ ਆ ਜੀ। ਠੀਕ ਹੈ, ਉਹ ਤਾਂ ਤਕਰੀਬਨ 90% ਕਰ ਲੈਂਦੇ ਨੇ ਆਪਣਾ। ਸਾਡੇ ਵੀ ਜਿਹੜੇ ਹੁਣ ਮੇਰੀ ਜਨਰੇਸ਼ਨ ਦੇ ਲੋਕ ਨੇ ਇਸ ਏਜ ਦੇ ਵਿੱਚ ਪਹੁੰਚ ਗਏ ਆ ਅਤੇ ਕੈਨੇਡਾ ਰਹਿੰਦਿਆਂ ਨੂੰ ਬਹੁਤ ਦੇਰ ਹੋ ਗਈ ਆ, ਉਹਨਾਂ ਨੂੰ ਵੀ ਇਸ ਚੀਜ਼ ਦੀ ਸੋਝੀ ਆ ਗਈ ਜੀ। ਉਹ ਵੀ ਕਰਵਾ ਰਹੇ ਨੇ, ਪਹਿਲਾਂ ਤਾਂ ਆਪਾਂ ਇਸ ਬਾਰੇ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ, ਪਰ ਹੁਣ ਬਹੁਤ ਸਾਰੇ ਲੋਕ ਜਿਹੜੇ ਨਾ ਉਹ ਕਰਵਾ ਰਹੇ ਆ, ਔਰ ਮੈਂ ਸਮਝਦਾ ਵੀ ਇਹ ਕਰਵਾ ਲੈਣਾ ਚਾਹੀਦਾ ਤਾਂ ਕਿ ਵਕਤ 'ਤੇ ਆਉਣਾ ਹੀ ਹੈ ਜੀ। ਜਦੋਂ ਵਕਤ
आवे तो जिहड़ा असीं तुहानूं सर्टिफिकेट दिता आ एक कॉन्टैक्ट की कॉपी दी है अपने किसी बच्चे जां जिहड़ा तुहाडा अगला वारस है उहनूं दे जाओ तो वह फिर सानूं सिर्फ उन्होंने टैलीफोन करना तो उस तो बाद असीं लुक आउट करा। एक चीज़ मैं होर दसना चाहवांगा, बहुत सारे लोगों का यह क्वेश्चन होंदा कि वह पैसों का जे तुसी बिजनेस बंद कर दिओ वेच दिओ जां असीं मूव आउट हो जाइए फिर क्या होएगा, वो ट्रस्ट फंड दे विच पए होंदे ने जी, असीं उन्नी देर वो पैसे कढ़वा नहीं सकते जिन्नी देर तक मैडिकली वो बंदे दी डैथ नहीं हो जाती फिर ही बैंक ने वो पैसे रिलीज़ करने आ। जे तुसी कितें इत्थों होर किसी शहर चले गए हो तो तुसी कहने भी मैं इत्थे कैंसल करवाउणा उत्थे किसी फ्यूनरल होना असीं तुहाडे 10% एडमिनिस्ट्रेशन चार्जेस कट के तुहाडे पैसे उत्थे पहुँचा देने ने जां तुहानूं दे देने वो तुहाडे पैसे जिवें वकीलों के ट्रस्ट फंड पए होंगे ना 100% सेफ होंगे ने और गौरमेंट के खाते होंगे ने। कोई फ्यूनरल होम वाला जे फ्यूनरल होम कोई बिजनेस अपना किसी होर वेच दिंदा तो वह पैसे नूं फिर भी असीं टच नहीं कर सकते, वो 100% वो सेफ होंगे ने। तुहाडी गल मैनूं बिल्कुल सही लगी। एक समय हो जांदा सी जदों आपां अपनी मौत बारे अखीरले समय बारे गल नहीं सी करदे हुंदे, कहिंदे हुंदे सी वी शुभ शुभ बोलो भी मौत बारे गल नहीं करनी, पर हुण इह बिल्कुल वधिया गल है कि आपां इह जिहड़ी मीडिया दे उपर भी आपां एजुकेशन दिंदे आ और लोकी जिहड़े सुचेत हो रहे और अपनी आखिरी रस्मां वास्ते जिहड़ा इंतजाम जिहड़ा उह पहले कर रहे आ। प्रोग्राम समां अखीर दे विच आपां अखीर दे विच एक वारी फिर उह गल जिहड़ी आ उहदे उत्ते थोड़ा जिहा केंद्रित कर लई कि जिहड़े बच्चे वैसे किसी का मन तो करता नहीं हुंदा क्योंकि कई बार पैर ही स्लिप हो जाता तो डुब जाते हैं, जिहड़े पिछले दिनों दे विच जिहड़े हादसे हुए ने या हुण भी कई बार मैं अखबार दे विच पढ़न मिलिया कि किसी नूं स्टैब कर दिता गया बच्चे नूं ते ओ सारी दी सारी सिचुएशन दे विच जे कोई फस जांदा है ते मैं कहिंदा एक वारी संखेप दे विच तुहाडे कोलों जे मदद लैणी होवे किस तरीके नाल लई जा सकदी होवे। 24 आवर साडियां सर्विसिज ने जी, मैं परसनल मेरा नंबर भी डिस्प्ले आपां करदे आं जी जी, मैनूं किसे टाइम 24 घंटे जिहड़ा ए तुसीं कॉल कर सकदे हो, असीं हर तरह के नाल असीं उहनूं बंदे नूं वापस ते नहीं लिया सकते जी, पर परिवार के नाल हर तरह के नाल आपां सहयोग करते हैं। एक चीज़ मैं होर कहनी चाहवांगा कि साडी जिहड़ी दूसरी लोकेशन है जी एजेक्स क्रिमटोरियम ओके वह भी हुण फुली ओपरेट कर रही है जी। ठीक है जी, तो वह एजेक्स दे विच है क्योंकि उधर कम्यूनिटी काफ़ी रहिंदी सी बिल्कुल, तो वह 384 फिनले एवन्यू ते है जी। इस तरह ही है फैसिलिटी, सारिया सर्विसिज अंडर वन रूफ ने, साडा अपना ही पंजाबी बोलता हिंदी बोलता उर्दू बोलता गुजराती बोलता तमिल बोलता स्टाफ है उत्थे, असी जिहड़े ईस्ट एंड वाली कम्यूनिटी है उत्थे भी सेवावां शुरू कीतियां ने। सब ठीक है, तो अखीर दे विच वैसे मेरे ख्याल सुनेहा तुसीं दे ही दिता है तो क्योंकि बड़ा नाजुक जिहा मौका हुंदा है लोकां वास्ते, पर फिर भी तुसीं कुछ कहना चाहुंदे हो कि भी कई बारी उत्थे तुहाडे ब्रैम्पटन क्रिमटोरियम दे विच कई बारी कुछ हुंदा है ना कि भी मतलब वेग तो बाहर कई बार आए होंगे ने जड़े लोग होंगे ने तो संभालना औखा हो जाता, कई बार तुम माइक के उपर ही बार बार अनाउंसमेंट करते होंगे लेकिन क्योंकि जो प्यारे होंगे ने उन्होंने वापस तो आने नहीं होंगे, सो कुछ कहना चाहते हो जी? बड़ी टफ सिचुएशन होंगी है जी उस वे, असी भी उन्होंने बहुता कह नहीं सकते हाँ जी, तो क्योंकि सारी दुनिया चो लोग कट्ठे हो के आए होंगे ने जी, संभालने भी औखे हो जाते हैं, कई एडिया वड्डिया ट्रेजडीज़ होंदिया ने। साडा जिहड़ा स्टाफ है जी वो प्रोफेशनल है, 2 साल का उहदा डिग्री कोर्स है जी, उन्होंने कानूनन तौर पर कल्चरल तौर पर तो वह सारा फुली अवेयर ने जी कि इन्हों किस तरह आप हैंडल करना, फिर भी वी आर ऑल ह्यूमन बीइंग जी, साडे मन नूं भी कई वारी साडे को अपना आप भी नहीं संभलिया जाता, पर असी कोशिश करदे कि प्रोफेशनल तरीके दे नाल आप जां अपने भाईचारे दे विच रह के उन्हां नूं महसूस कराइए कि वी आर पार्ट ऑफ यू, सानूं भी इस चीज़ का दुख है, असी अपनी कोशिश करते हैं जी। वल साहब तुसीं स्टूडियो दे आए तुहाडा धन्नवाद, और बिल्कुल जिस तरीके नाल तुसीं जिक्र कीता है कि तुहाडा जिहड़ा सारे दा सारा स्टाफ है वह बिल्कुल जिहड़े उत्थे आउंदे ने लोग उन्होंने नाल उन्हों की जी दिलों उन्हों की मदद करता है, तो तुम स्टूडियो आए तुहाडा धन्यवाद जी। थैंक यू जी, थैंक यू सर। सो जी सरदार इंदरजीत सिंह बल ब्रैम्पटन कमीशन सेंटर तो, और जिहड़ियां गल्लां इन्हां ने दसियां और सचमुच कई बार अखीरले समय से नाजुक मौके पर सानू कुछ सुझदा नहीं हुंदा सी की करना, पर असी धन्नवाद करते हैं इन्हों का कि बहुत सारिया जिहड़ियां साडियां समस्यावां उन्हां दा जिहड़ा हल आ इन्हां दे कोल हैगा। साडी अखीरले वक्त जिहड़ी हैगी जी जदों बंदे दी वधाई हुंदी सानूं पता नहीं हुंदा भी आ फलाणा रस्मां कित्थों करनियां आ फलाणा जिहड़ा कासकट कित्थों लैणी हैगी है, तो ये कहिंदे ना कि भी सारिया सेवावां जिहड़ियां ने अंडर वन रूफ इत्थे दिंदे ने, तो चिंता करन दी कोई गल नहीं, तुसीं इन्हां नूं फोन कर सकदे हो जे तुहाडे दे उत्ते रब ना करे कोई दुख दी घड़ी आ गई है,
तो बाकी तुसी इन्हां जिहड़े स्क्रीन दे उपर नंबर फ्लैश कर रहे हैं, तुसी इन्हां नंबरां दे उपर बाल साहब दे नाल संपर्क कर सकते हो। प्रोग्राम दा समां समाप्त है, मेरे दिओ इजाजत, वेखते रहो प्राइम एशिया टीवी, तुहाडा अपना, तुहाडे लई।